ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿੱਚ ਇੱਕ ਔਰਤ ਨੇ ਬਿਨਾਂ ਡਾਕਟਰ ਤੇ ਨਰਸ ਤੋਂ ਹੀ ਬੱਚੇ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਨਾਲ ਜਨਮ ਦੇ ਦਿੱਤਾ ਅਤੇ ਬੱਚੇ ਦੀ ਹਾਲਤ ਖਰਾਬ ਹੋਣ ਕਰਕੇ ਉਸ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਦਕਿ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਡਿਊਟੀ ਤੇ ਹਾਜ਼ਰ ਡਾਕਟਰ ਤੇ ਕਥਿਤ ਤੌਰ ਤੇ ਮਿਸਬਿਹੇਵ ਕਰਨ ਦੇ ਦੋਸ਼ ਲਗਾਏ ਹਨ। ਗੁਰਧਿਆਨ ਸਿੰਘ ਵਾਸੀ ਜੀਟੀ ਰੋਡ ਪਾੜਾ ਸਰਹੰਦ ਨੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੇ SMO ਤਰਸੇਮ ਖੁਰਾਣਾ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਉਸ ਦੀ ਪਤਨੀ ਪਰਮਜੀਤ ਕੌਰ ਦੇ ਬੱਚਾ ਹੋਣ ਵਾਲਾ ਸੀ ਅਤੇ ਉਸ ਦਾ ਸਮਾਂ ਪੂਰਾ ਹੋਣ ਕਰਕੇ ਬੱਚੇ ਦੀ ਡਿਲੀਵਰੀ ਹੋਣੀ ਸੀ। ਪਰਮਜੀਤ ਕੌਰ ਦਾ ਇਲਾਜ ਪਹਿਲਾਂ ਹੀ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿੱਚ ਚੱਲਦਾ ਸੀ। ਉਹ ਬੀਤੇ ਦਿਨ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਪਹੁੰਚ ਗਏ। ਜਦੋਂ ਮਰੀਜ਼ ਨੂੰ ਦਾਖਲ ਕਰਵਾਇਆ ਤਾਂ ਡਿਊਟੀ ਦੇ ਜੋ ਅਧਿਕਾਰੀ ਸੀ ਉਸਦਾ ਕਥਿਤ ਤੌਰ ਤੇ ਰਵੱਈਆ ਠੀਕ ਨਹੀਂ ਸੀ ਅਤੇ ਸਾਡੇ ਨਾਲ ਕਥਿਤ ਤੌਰ ਤੇ ਬਦਸਲੂਕੀ ਵੀ ਕੀਤੀ। ਇਹ ਵੀ ਕਿਹਾ ਗਿਆ ਕਿ ਡਿਲੀਵਰੀ ਰਾਤ ਨੂੰ 12:00 ਹੋਵੇਗੀ। ਸ਼ਾਮ ਨੂੰ 6:25 ਤੇ ਬਿਨਾਂ ਕਿਸੇ ਦੀ ਹਾਜ਼ਰੀ ਵਿੱਚ ਬੱਚੇ ਨੇ ਬੈੱਡ ਤੇ ਆਪ ਹੀ ਜਨਮ ਲੈ ਲਿਆ ਅਤੇ ਬੱਚੇ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਪ੍ਰਾਈਵੇਟ ਗੱਡੀ ਵਿੱਚ ਬੱਚੇ ਨੂੰ ਸਰਹੰਦ ਵਿਖੇ ਹਸਪਤਾਲ ਲੈ ਗਏ ਅਤੇ ਉੱਥੇ ਇਲਾਜ ਚੱਲ ਰਿਹਾ ਹੈ। ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੇ SMO ਤਰਸੇਮ ਖੁਰਾਣਾ ਨਾਲ ਸੰਪਰਕ ਕਰਨ ਤੇ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ 3-ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਕੱਲ ਦੇ ਅਸੀਂ ਸਵੇਰੇ 10:30 ਦੇ ਘਰ ਦੇ ਚੱਕੀ ਫਿਰਦੇ ਹੀ ਉਰੇ ਡਾਕਟਰ ਨੇ ਕਿਸੇ ਨੇ ਨਹੀਂ ਸਾਡੀ ਸੁਣੀ ਹੈਗੀ। ਅਸੀਂ ਸਵੇਰ ਦੇ ਆਏ ਕਦੇ ਉਦੋਂ ਨੂੰ ਕਦੇ ਟੀਕੇ ਤਾਂ ਲਵਾਤੇ ਸੀ ਇਹਨਾਂ ਨੇ ਦੋ ਆਉਂਦੇ ਸਰ ਕਦੇ ਉਹ ਕਹਿੰਦੇ ਘੁਮਾਓ ਜੀ ਉਦੋਂ ਨਹੀਂ ਲਿਆਓ ਥੋੜ੍ਹੇ ਘਰ ਵਾਲੀ ਜ਼ਿਆਦਾ ਸੀਰੀਅਸ ਹੋ ਰਹੀ ਸੀ ਇਹਨਾਂ ਦੀ ਕਹੀ ਗਈ ਅਸੀਂ ਵੀ ਹਾਂਜੀ ਇਹਨੂੰ ਬਣਾਉਂਦਾ ਲੈ ਜਾਓ ਵੀ ਉਹ ਜੁਸਾਕ ਹੋਣੇ ਵਾਲਾ ਇਹਨਾਂ ਨੇ ਸਾਡੀ ਇੱਕ ਵੀ ਨਹੀਂ ਕਿਸੇ ਨੇ ਸੁਣੀ ਹੈਗੀ ਤੇ ਉਹ ਤੋਂ ਬਾਅਦ ਲੈ ਕੇ ਗਏ ਲੈ ਕੇ ਅੰਦਰ ਬਾਅਦ ਇਹਦਾ ਕਹਿੰਦੇ ਪਖੰਡ ਕਰ ਰਹੀ ਹੈ ਸਾਨੂੰ ਕਹਿੰਦੇ ਪਖੰਡ ਕਰ ਰਹੀ ਹੈ ਤਾਂ ਜਾਂ ਡਰਾਮੇ ਕਰ ਰਹੀ ਆ ਉਹਨੂੰ ਫਿਰ ਅੰਦਰ ਲੈ ਕੇ ਗਏ ਫਿਰ ਨਹੀਂ ਸਾਡੀ ਸੁਣੀ ਫਿਰ ਬਾਹਰ ਕੱਢਤੇ ਜੀ ਉਹਨਾਂ ਨੂੰ ਤਾਂ ਸਾਨੂੰ ਫਿਰ ਧੱਕੇ ਮਾਰ ਮਾਰ ਕੇ ਕਹਿੰਦੇ ਤੁਸੀਂ ਬਾਹਰ ਜਾਓ ਅੰਦਰਾਂ ਦੀ ਲੋੜ ਨਹੀਂ ਹੈਗੀ ਤੁਹਾਨੂੰ ਸਾਨੂੰ ਦੱਬ ਕੇ ਬਹੁਤ ਤੇ ਕਹਿੰਦੇ ਅਸੀਂ ਪਰਚਾ ਕੱਢ ਦੂੰਗੇ ਚੰਡੀਗੜ੍ਹ ਦਾ ਕਰ ਦੂੰਗੇ ਤੁਸੀਂ PG 'ਚ ਲੈ ਕੇ ਜਾਓ ਜਿੱਥੇ ਮਰਜ਼ੀ ਲੈ ਕੇ ਜਾਓ ਠੀਕ ਹੈ ਜੀ ਉਹ ਤੋਂ ਬਾਅਦ ਆਇਆ ਉਹ ਤੋਂ ਬਾਅਦ ਨਰਸ ਸ਼ਾਮ ਨੂੰ ਜਵਾਕ ਉਹ ਰਾਤ ਨੂੰ 12 ਵਜੇ ਦਾ ਟਾਈਮ ਦਿੱਤਾ ਜੀ ਜਵਾਕ ਆਉਣ ਦਾ ਠੀਕ ਹੈ ਜੀ 12 ਵਜੇ ਦਾ ਟਾਈਮ ਲੈ ਕੇ ਜਵਾਕ 6:30 ਹੋ ਚੁੱਕਿਆ ਸੀ ਕੋਈ ਮੈਡਮ ਨਹੀਂ ਕੋਈ ਕੁਛ ਨਹੀਂ ਕੁਛ ਵੀ ਨਹੀਂ ਹੈਗਾ ਤਾਂ ਜੀ ਉਹਦੇ ਜਦ ਬੱਚਾ ਹੋਇਆ ਆਪਣੇ ਆਪ ਪੈਦਾ ਹੋਇਆ ਠੀਕ ਹੈ ਜੀ ਜਨਮ ਲਿੱਤਾ ਨਾ ਦੀ ਨਾਲੇ ਅਸੀਂ ਉਰੇ ਆਏ ਪਹੁੰਚੇ ਹਾਂ ਜਵਾਕ ਨੇ ਜਨਮ ਲੈ ਲਿਆ ਸੀ ਨਾ ਦੀ ਉਹਦੇ ਮੂੰਹ 'ਚ ਪਾਣੀ ਗੰਦਾ ਪਾਣੀ ਪੈ ਗਿਆ ਠੀਕ ਹੈ ਨਾ ਦੀ ਅਸੀਂ ਦਿੱਲੀਆਂ ਦੇ ਲੈ ਕੇ ਗਏ ਚੱਕ ਕੇ ਸਾਡੀ ਕਿਸੇ ਨੇ ਕੁਛ ਨਹੀਂ ਸੁਣੀ ਕੋਈ ਨਹੀਂ ਸੀ ਉਰੇ ਅਸੀਂ ਬੁਲਾਏ ਜੀ ਅਸੀਂ ਗੇਟ 'ਤੇ ਜਾ ਕੇ ਆਪ ਫੜ ਕੇ ਲੈ ਕੇ ਆਏ ਜੀ ਉਹਨੂੰ ਕਿਹਾ ਵੀ ਸਿੱਧਾ ਹੋ ਗਿਆ ਉੱਥੋਂ ਮੈਡਮ ਆਇਆ ਹੱਥ ਮਾਰ ਰਿਹਾ ਕਹਿੰਦੀ ਕਰਤਾ ਕਹਿੰਦੀ ਜੋ ਕਰਨਾ ਸੀ ਕਹਿੰਦੀ 12 ਵਜੇ ਦਾ ਟਾਈਮ ਕਹਿੰਦੀ ਜਵਾਕ ਪਹਿਲਾਂ ਕਿਵੇਂ ਹੋ ਗਿਆ ਮੇਰੇ ਪਰਮਜੀਤ ਕੌਰ ਆ ਜੀ ਵਾਈਫ ਦਾ ਨਾਮ ਮੇਰੀ ਹੁਣ ਉਹ ਤਾਂ ਸੀਰੀਅਸ ਨੇ ਜੀ ਮੇਰਾ ਬੱਚਾ ਸ਼ੀਸ਼ੇ 'ਚ ਆਈ ਇਨਸਾਫ ਮੰਗਦੇ ਸੀ ਕੋਈ ਮੰਗ ਨਹੀਂ ਮੰਗਦੇ ਜੀ ਅਸੀਂ ਆਏ ਸੀ ਫਤਿਹਗੜ੍ਹ ਸਾਹਿਬ ਜੀ ਸਰਕਾਰੀ ਹਸਪੀਟਲ ਸਾਹਿਬ ਕੱਲ੍ਹ ਅਸੀਂ ਇੱਥੇ ਡਾਕਟਰਾਂ ਨੇ ਆਏ ਸੀਗੇ ਜੀ ਦਿਖਾਉਣ ਆਏ ਸੀਗੇ ਬਹੂ ਨੂੰ ਜੀ ਉਹ ਡਿਲੀਵਰੀ ਹੋਣ ਬੜੀ ਸੀ ਜੀ ਉਹਦੀ ਬਾਅਦ 'ਚੋਂ ਕਹਿੰਦੇ ਵੀ ਹਜੇ ਨਹੀਂ ਟਾਈਮ ਪਿਆ ਕਹਿੰਦੇ ਇਹਦਾ ਤਾਂ ਕੋਈ ਗੱਲ ਨਹੀਂ ਤੁਸੀਂ ਟਾਈਮ ਪਿਆ ਇਹਦਾ 12 ਤੋਂ 1 ਵਜੇ ਹੋਊਗਾ ਰਾਤ ਨੂੰ ਬਹਿ ਜਾਓ ਕਹਿੰਦੀ ਬਾਹਰ ਜਾ ਕੇ ਬੈਠੋ ਕਹਿੰਦੇ ਤੁਸੀਂ ਵਿੱਚ ਇਹਨੇ ਫਿਰ ਮੈਂ ਬਹੂ ਨੂੰ ਫਿਰ ਮੈਂ ਦੁਬਾਰਾ ਗਈ ਵੀ ਡਾਕਟਰ ਸਾਹਿਬ ਚੈੱਕ ਕਰ ਲਓ ਜੀ ਇੱਕ ਵਾਰੀ ਫਿਰ ਉਹਨੇ ਲੈਟਰਿੰਗ ਬਾਥਰੂਮ ਆਪਣੇ ਮਤਲਬ ਕੱਪੜੇ ਸੀ ਆਪ ਗੰਦ ਚੱਕੇ ਸਾਨੂੰ ਆਪ ਜੀ ਦਾ ਇਹਦੇ ਵਿੱਚੋਂ ਸਾਰੇ ਗੰਦ 'ਚ ਹੱਥ ਅਸੀਂ ਖੁਦ ਮਾਰੇ ਆਪ ਕੋਈ ਡਾਕਟਰ ਨਹੀਂ ਸਾਡੇ ਲਵੇ ਕੋਈ ਕੁਛ ਵੀ ਨਹੀਂ ਸੀਗਾ ਜੀ ਹਾਂ ਸਾਨੂੰ ਧਮਕੀ ਬਹੁਤ ਦਿੱਤੀ ਕਹਿੰਦੀ ਪਰਚਾ ਕੱਟ ਦਿੰਦੀ ਹਾਂ ਤੁਹਾਡਾ ਚੰਡੀਗੜ੍ਹ ਦੇ ਕੱਟ ਦਿੰਦੀ ਹਾਂ ਕਹਿੰਦੀ ਲੈ ਜਾਓ ਕਹਿੰਦੀ ਆਪਣੀ ਜਿੱਥੇ ਮਰਜ਼ੀ ਲੈ ਜਾਓ ਸਾਨੂੰ ਬਹੁਤ ਤੰਗ ਪਰੇਸ਼ਾਨ ਕਰਿਆ ਕੱਲ੍ਹ ਇਹਨਾਂ ਨੇ ਜੀ ਝਟਕਾਂ ਬਹੁਤ ਮਾਰੀਆਂ ਨੇ ਸਾਨੂੰ ਡਾਕਟਰਾਂ ਨੇ ਆਪ ਡਿਲੀਵਰੀ ਹੋਈ ਹੈ ਜੀ ਅਸੀਂ ਆਪਣੇ ਕੋਲ ਖੜ੍ਹੇ ਸੀ ਉਸ ਟਾਈਮ ਮੇਰੀ ਮਦਰ ਸੀ ਮੈਂ ਸੀਗੀ ਜੀ ਅਸੀਂ ਕੋਲ ਆਪ ਖੜ੍ਹੇ ਸੀ ਉਸ ਟਾਈਮ ਜਦੋਂ ਡਿਲੀਵਰੀ ਹੋਈ ਡਾਕਟਰਾਂ ਨੂੰ ਲਿਆਂਦਾ ਬੁਲਾ ਕੇ ਕਹਿੰਦੀ ਹਾਂ ਹਾਂ ਕਹਿੰਦੀ ਇੱਕ ਬਿਮਾਰੀ ਪੈ ਗਈ ਤੁਹਾਡੀ ਮੌਤ ਪੈ ਗਈ ਕਹਿੰਦੀ ਤੁਹਾਡੇ 'ਤੇ ਤੁਸੀਂ ਮਿੰਟ ਮਗਰੋਂ ਮਾਰ ਲੈਂਦੇ ਪਿੱਛੋਂ ਬਾਜਾਂ ਕਹਿੰਦੀ ਮੈਨੂੰ ਪਿੱਛੋਂ ਬਾਜ ਕਿਉਂ ਮਰੀ ਆ ਕੀ ਆ ਕਹਿੰਦੀ ਬਿਮਾਰੀ ਪੈ ਗਈ ਮਹਾਂਵਾਰੀ ਨਹੀਂ ਜੀ ਬੱਚਾ ਨੇ ਜਨਮ ਲੈ ਚੁੱਕਿਆ ਜੀ ਉਸ ਟਾਈਮ ਮੈਂ ਅਤੇ ਮੇਰੀ ਮਦਰ ਸੀਗੀ ਅਸੀਂ ਦੋਨੇ ਸੀਗੀਆਂ ਉਹ 'ਤੇ ਕੋਈ ਬੱਚਾ ਜੀ ਨਹੀਂ ਸੀਗਾ ਡਾਕਟਰ ਨੂੰ ਬੁਲਾਇਆ ਡਾਕਟਰ ਵੀ ਨਹੀਂ ਆਉਂਦਾ ਸਰ ਉਸ ਟਾਈਮ ਕੋਈ ਵੀ ਨਹੀਂ ਸੀਗਾ ਸਰ ਡਿਲੀਵਰੀ ਹੋਈ ਜੀ ਮੈਨੂੰ ਉਹਦੀ ਹਾਂਜੀ ਇਕੱਲੀ ਦਾ ਬੱਚਾ ਹੋ ਗਿਆ ਜੀ ਮੈਂ ਬਾਕੀ ਮੇਰੀ ਲੜਕੀ ਨੇ ਬਾਕੀ ਪੇਸ਼ੈਂਟ ਰਲ ਕੇ ਜੀ ਅਸੀਂ ਆਪੇ ਡਿਲੀਵਰੀ ਕੀਤੀ ਹੈ ਕਹਿੰਦੇ ਕੋਈ ਡਾਕਟਰ ਕੁਛ ਕੋਈ ਨਹੀਂ ਸੀ ਜੀ ਕੋਲ ਮੌਜੂਦ ਅਸੀਂ ਮੰਗਾਂ ਹੀ ਕਰਦੇ ਸਾਨੂੰ ਬਸ ਇਨਸਾਮੀ ਲਾਉਣਾ ਚਾਹੀਦਾ ਜੀ ਕੱਲ੍ਹ ਕਿਸੇ ਦੀ ਨੌਤੀ ਨਾਲ ਹੋਰ ਲਾਉਣਾ ਇਸ ਤਰ੍ਹਾਂ ਬਣੇ ਬੱਚਾ ਜੀ ਉਹ ਉੱਥੇ ਹੋਸਪਿਟਲ 'ਚ ਤਾਂ ਕੱਲ੍ਹ ਦਿੱਲੀ ਵਾਲਿਆਂ ਦੇ ਬਸ ਇਹੀ ਮੰਗਾਂ ਜੀ ਮੇਰੀ ਵੀ ਮੈਨੂੰ ਇਨਸਾਮੀ ਲਾਉਣਾ ਚਾਹੀਦਾ ਅੱਜ ਮੇਰੀ ਬੇਟੀ ਨਾਲ ਹੋਇਆ ਕੱਲ੍ਹ ਨੂੰ ਕਿਸੇ ਦਿਨ ਹੋਰ ਨਾਲ ਹੋਊਗਾ ਜੀ ਅੱਜ ਇੱਕ ਸ਼ਿਕਾਇਤ ਮਿਲੀ ਹੈ ਵੀ ਜਿਹੜੀ ਕੱਲ੍ਹ ਸਟਾਫ ਨਰਸ ਡਿਊਟੀ 'ਤੇ ਸੀ ਉਹਦੇ ਵੱਲੋਂ ਡਿਲੀਵਰੀ ਕੇਸ ਦੇ ਵਿੱਚ ਅਣਗਹਿਲੀ ਹੋਈ ਹੈ ਜੀ ਡਿਟੇਲ ਸ਼ਿਕਾਇਤ ਮਿਲੀ ਹੈ 3-ਮੈਂਬਰੀ ਕਮੇਟੀ ਇਨਕੁਆਇਰੀ ਕਰਨ ਵਾਸਤੇ ਬਣਾ ਦਿੱਤੀ ਗਈ ਹੈ ਜੋ ਵੀ ਰਿਪੋਰਟ ਆਏਗੀ ਅਤੇ ਜੇ ਕੋਈ ਕੋਈ ਕਰਮਚਾਰੀ ਕੁਤਾਹੀ ਕਰਦਾ ਉਹਦੇ ਵਿੱਚ ਸਾਬਤ ਹੋਇਆ ਤਾਂ ਉਹਦੇ ਅੱਗੇ ਕਾਰਵਾਈ ਕੀਤੀ ਜਾਏਗੀ ਅਤੇ ਉਹ ਡਾਕਟਰਸ ਨੇ ਸੀਨੀਅਰ ਡਾਕਟਰਸ ਨੇ ਅਤੇ ਨਰਸਿੰਗ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਗਰਮੀਆਂ ਲਈ ਬਹਾਦਰ ਸਿੰਘ ਟਵਾਣਾ ਦੀ ਰਿਪੋਰਟ।